ਪੰਜਾਬ ਦੇ ਮਾਹੌਲੀ ਜ਼ਿਲ੍ਹੇ ਦੇ ਡਕੋਲੀ ਤੇ ਬਲਟਾਨਾ ਦੇ ਵਿੱਚ ਦੇਰ ਰਾਤ ਲੁੱਟ ਤੇ ਕਟਮਾਰ ਦੀ ਵਾਰਦਾਤਾਂ ਸਾਹਮਣੇ ਆਈਆਂ ਜਿਦੇ ਵਿੱਚ ਪਹਿਲਾ ਮਾਮਲਾ ਡਕੋਲੀ ਏਰੀਆ ਦੇ ਵਿੱਚ ਸਾਹਮਣੇ ਆਇਆ ਕਰੀਬ 12:30 ਵਜੇ ਕਰੀਬ ਮਨੀਸ਼ ਨਾਂ ਦਾ ਇੱਕ ਨੌਜਵਾਨ ਆਪਣੀ ਜੌਬ ਤੋਂ ਜਦ ਘਰ ਲੋਟ ਰਿਹਾ ਸੀਗਾ ਕੈਬ 'ਚ ਜਿੱਦਾਂ ਹੀ ਉਤਰਿਆ ਨਾਲ ਹੀ ਬਾਈਕ ਸਵਾਰ ਦੱਸਿਆ ਜਾ ਰਿਹਾ ਜਿਹੜੇ ਉਹਦੇ ਮੁਤਾਬਿਕ ਬਾਈਕ ਸਵਾਰ 4 ਲੋਕ ਉੱਥੇ ਪਹੁੰਚਦੇ ਆਂ ਤੇ ਬੇਰੇ ਵੀ ਨਾਲ ਉਹਦੇ ਨਾਲ ਕੁੱਟਮਾਰ ਕਰਦੇ ਆਂ ਕਾਫੀ देर ਕੁੱਟਮਾਰ ਕਰਦੇ ਆਂ ਤੇ ਨਾਲ ਦੇ ਨਾਲ ਉਹਦੀ ਚੇਨ ਤੇ ਉਹਦਾ ਬ੍ਰੈਸਲੇਟ ਉਹ ਖੋ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ ਉਹ ਹਸਪੀਟਲ ਐਡਮਿਟ ਹੈ ਉਹਨੇ ਪੁਲਿਸ ਨੂੰ ਕੰਪਲੇਂਟ ਕਰਾਈ ਹੈ ਦੂਜਾ ਮਾਮਲਾ ਕੁਛ ਹੀ ਦੂਰੀ ਤੇ ਕਹਿ ਸਕਦੇ ਆ ਕਿ ਡਕੋਲੀ ਤੇ ਬਲਟਾਨਾ ਬਿਲਕੁਲ ਆਮਣੇ ਸਾਹਮਣੇ ਕੁਛ ਹੀ ਦੂਰੀ ਤੇ ਕਰੀਬ ਅੱਧੇ ਘੰਟੇ ਦੇ ਡਿਫਰੈਂਸ ਦੇ ਵਿੱਚ ਇੱਕ ਹੋਰ ਵਾਰਦਾਤ ਨੂੰ ਅੰਜਾਮ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਇੱਕ ਹੋਰ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ ਹੁਣ ਪੁਲਿਸ ਇਸ ਪੂਰੇ ਮਾਮਲੇ 'ਚ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਕਿ ਇਹ ਦੋਵੇਂ ਕੇਸਿਸ ਲੇਟ ਨਾਈਟ ਹੋਏ ਹਨ ਦੋਵੇਂ ਕੇਸਿਸ ਇਹ ਦੋੱਚ ਇੱਕ ਹੀ ਜਿਹੜਾ ਗਿਰੋਹ ਦਾ ਹੱਥ ਹੈ ਜਾਂ ਕੌਣ ਹੈ ਇਹ ਪੂਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਲੇਕਿਨ ਆਖਿਰ ਉਹ ਬਾਈਕ ਸਵਾਰ ਦਿਨ ਤੋਂ 4 ਜਿਹੜੇ ਰਾਤ ਨੂੰ ਘੁੰਮ ਰਹੇ ਆ ਪੂਰਾ ਗਰੋਹ ਹੈ ਨੈਕਸਸ ਹੈ ਕਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਨੂੰ ਹੁਣ ਲਗਾਤਾਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਹਾਲਾਂਕਿ ਅਜੇ ਤੱਕ ਕੋਈ ਗ੍ਰਿਫਤਾਰੀ ਇਸ ਪੂਰੇ ਮਾਮਲੇ 'ਚ ਨਹੀਂ ਹੋਈ ਹੈ ਲੇਕਿਨ ਇੱਕ ਸੀਸੀਟੀਵੀ ਫੁਟੇਜ ਜ਼ਰੂਰ ਆਈ ਹੈ ਜਦੇ ਵਿੱਚ ਬਾਈਕ ਸਵਾਰ ਅੰਦੀ ਨਜ਼ਰ ਆ ਰਹੇ ਹਨ ਤੇ ਬਰੇਮੀ ਦੇ ਨਾਲ ਕੁੱਠਦੇ ਵੀ ਨਜ਼ਰ ਆ ਰਹੇ ਹਨ ਜਿਹੜਾ ਮਨੀਸ਼ ਹੈ ਉਹ ਜਾਣਕਾਰੀ ਉਹਨੇ ਦਿੱਤੀ ਕਿ ਮੇਰੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਗਲਬਾਤ ਨਹੀਂ ਹੈ ਲੇਕਿਨ ਉਹ ਕੌਣ ਸੀ ਜਿਹੜੇ ਚਾਰ ਨੌ ਉੱਥੇ ਪਹੁੰਚਦੇ ਹਨ ਬਾਈਕ ਸਵਾਰ ਉਹ ਕੌਣ ਸੀ ਉਹ ਲੁਟੇਰੇ ਹੈ ਜਾਂ ਕਿਸ ਤਰ੍ਹਾਂ ਉਹਨਾਂ ਦਾ ਮਕਸਦ ਸੀਗਾ ਕਿਉਂਕਿ ਆਧੇ ਘੰਟੇ ਦੇ ਅੰਦਰ ਇੱਕ ਹੋਰ ਵਾਰਦਾਤ ਨੂੰ ਅੰਜਾਮ ਦੇ ਕੇ ਉਹ ਫਰਾਰ ਹੋ ਜਾਂਦੇ ਨੇ ਹਾਲਾਂਕਿ ਹਜੇ ਤੱਕ ਦੋਨੋਂ ਕੇਸ ਦੀ ਕੋਈ ਗ੍ਰਿਫਤਾਰੀ ਇਸ ਮਾਮਲੇ 'ਚ ਨਹੀਂ ਹੋਈ ਹੈ ਸੀਨੀਅਰ ਅਧਿਕਾਰੀਆ ਦਾ ਸਾਫ ਤੌਰ ਤੇ ਕਹਿਣਾ ਹੈ ਕਿ ਜਲਦ ਹੀ ਇਨਾਦੇ ਵਿੱਚ ਗ੍ਰਿਫਤਾਰੀ ਹੋਏਗੀ ਬਲਟਾਨਾ ਚੌਂਕੀ ਤੇ ਟਕੌਲੀ ਦੇ ਪੁਲਿਸ ਇਹਦੇ ਵਿੱਚ ਲਾਈ ਗਈ ਹੈ ਟੀਮਾਂ ਬਣਾਈ ਗਈ ਹੈ ਔਰ ਜਲਦ ਹੀ ਉਨਾਦੀ ਗ੍ਰਿਫਤਾਰੀ ਕੀਤੀ ਜਾਏਗੀ ਲੇਕਿਨ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਪੁਲਿਸ ਵੱਲੋਂ ਪੈਟਰੋਲਿੰਗ ਦੀ ਗੱਲ ਕੀਤੀ ਜਾਂਦੀ ਹੈ ਨਾਈਟ ਪੈਟਰੋਲਿੰਗ ਦੀ ਗੱਲ ਕੀਤੀ ਜਾਂਦੀ ਹੈ ਲੇਕਿਨ ਇਸ ਤਰ੍ਹਾਂ ਦੇ ਜਿਹੜੇ ਲੁਟੇਰੇ ਆ ਫਿਰ ਗੁੰਡਾ ਅਗਰਦੀ ਹੈ ਉਹ ਸ਼ਰਿਆਨ ਦੇਖਣ ਨੂੰ ਮਿਲਦੀ ਹੈ ਕਿਸੇ ਤਰ੍ਹਾਂ ਦਾ ਕੋਈ ਖੌਫ ਨਹੀਂ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਮਹਾਲੀ ਤੋਂ ਕੈਮਰਾਮੈਨ ਜੈਨਦਰ ਸਿੰਘ ਨਾਲ ਮਨੋਜ ਰਾਠੀ న్యూਸ 18 ਪੰਜਾਬ